सारे ही आप जानते हैं 14 नवंबर का दिन है, बाल दिवस के रूप में मनाया जाता है। तो अज कोविड टाइम तो 3 साल बाद असी काफ़ी वड्डा प्रोग्राम बच्चों की हल्लाशेरी लिए उन्होंने हौसला अफजाई लिए अरेंज किया है। अज जिस तरह कि सारे ही आप जानते हैं 14 नवंबर का दिन है, बाल दिवस के रूप में मनाया जाता है। तो अज कोविड टाइम तो 3 साल बाद असी काफ़ी वड्डा प्रोग्राम बच्चों की हल्लाशेरी लिए उन्होंने हौसला अफजाई लिए अरेंज किया है। सो मौका सानू मिलिया सी बाल दिवस का, सब तो अच्छा मौका सी, तो इस करके असी अज्ज दे 14 नवंबर का प्रोग्राम जरा बच्चों लिए उलीकिया सी। ਕਿੰਨੇ ਕੁ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਇਸ ਪ੍ਰੋਗਰਾਮ ਵਿੱਚ? ਇਸ ਬੱਚੇ ਦੇ ਵਿੱਚ 150 ਦੇ ਕਰੀਬ ਬੱਚਿਆਂ ਨੇ ਪਾਰਟਿਸਿਪੇਟ ਕੀਤਾ, ਨਰਸਰੀ ਤੋਂ ਲੈ ਕੇ ਪਲੱਸ 2 ਤੱਕ। ਕਿਹੜਾ ਕਿਹੜਾ ਪ੍ਰੋਗਰਾਮ ਤੁਹਾਡੇ ਵੱਲੋਂ ਇੱਥੇ ਜਿਹੜਾ ਮਿਥਿਆ ਗਿਆ ਸੀ? ਸਾਡਾ ਜਿਹੜਾ ਥੀਮ ਸੀ ਅੱਜ ਦੇ ਪ੍ਰੋਗਰਾਮ ਦਾ ਸੀ ਯੂਨਿਟੀ ਇਨ ਡਾਈਵਰਸਿਟੀ, ਕਿਉਂਕਿ ਸਾਡਾ ਦੇਸ਼ ਜਿਹੜਾ ਆ ਇਸ ਚੀਜ਼ ਲਈ ਮਸ਼ਹੂਰ ਹੈ ਕਿ ਸਾਡੇ ਵਿਵਿਧਤਾ ਦੇ ਵਿੱਚ ਸਮਾਨਤਾ ਦੇਖੀ ਗਈ ਹੈ। ਸੋ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਪੰਜਾਬ ਤੋਂ ਲੈ ਕੇ ਹਰਿਆਣਾ, ਰਾਜਸਥਾਨ ਅਤੇ ਸਾਰੇ ਸਟੇਟਾਂ ਦੇ ਪ੍ਰੋਗਰਾਮ ਜਿਹੜੇ ਨੇ ਉਹ ਪੇਸ਼ ਕੀਤੇ ਗਏ ਬੱਚਿਆਂ ਵੱਲੋਂ। ਮੁੱਖ ਸ਼ਖਸੀਅਤਾਂ ਦੀ ਆਪਾਂ ਗੱਲ ਕਰੀਏ, ਕਿਹੜੀ ਕਿਹੜੀ ਮੁੱਖ ਸ਼ਖਸੀਅਤਾਂ ਇੱਥੇ ਪਹੁੰਚੀਆਂ? ਅੱਜ ਜਦੋਂ ਅਸੀਂ ਗੈਸਟ ਨੂੰ ਡਿਸਾਈਡ ਕਰ ਰਹੇ ਸੀ ਤਾਂ ਥੋੜ੍ਹਾ ਜਿਹਾ ਮੇਰੇ ਮਨ 'ਚ ਉਥਲ ਪੁਥਲ ਸੀ ਕਿ ਇਸ ਗੈਸਟ ਨੂੰ ਆਪਾਂ ਕਿੱਦਾਂ ਡਿਸਾਈਡ ਕਰੀਏ, ਅਤੇ ਮੈਨੂੰ ਉਹ ਗੈਸਟਾਂ ਦੀ ਲੋੜ ਸੀ ਜਿਹੜੇ ਮੇਰੇ ਬੱਚੇ ਨੂੰ ਮੋਟੀਵੇਟ ਕਰ ਸਕਣ ਅਤੇ ਇੰਸਪਾਇਰ ਕਰ ਸਕਣ। ਸੋ ਅਸੀਂ ਆਪਣਾ ਆਲਾ ਦੁਆਲਾ ਦੇਖਿਆ ਕਿ ਇਸ ਸਕੂਲ ਤੋਂ ਪੜ੍ਹੇ ਹੋਏ ਬੱਚੇ ਬੜੀ ਹੀ ਅੱਛੀ ਪੋਸਟਾਂ ਦੇ ਵਿੱਚ ਕੰਮ ਕਰ ਰਹੇ ਨੇ, ਅਤੇ ਅਸੀਂ ਆਪਣੇ ਜਿਹੜੇ ਐਕਸ ਸਟੂਡੈਂਟ ਸੀ ਉਹਨਾਂ ਨੂੰ ਇਨਵਾਈਟ ਕੀਤਾ। ਕੁਝ ਡਾਕਟਰਸ ਨੇ, ਕੁਝ ਮਰਚੈਂਟ ਨੇਵੀ ਦੇ ਵਿੱਚ ਨੇ, ਕੁਝ ਹੈਲਥ ਡਿਪਾਰਟਮੈਂਟ ਵਿੱਚ ਕੰਮ ਕਰ ਰਹੇ ਨੇ। ਅਸੀਂ ਉਹਨਾਂ ਨੂੰ ਇਨਵਾਈਟ ਕੀਤਾ ਸੀ ਐਜ਼ ਅ ਸਪੈਸ਼ਲ ਗੈਸਟਸ। ਬਾਕੀ ਜਿਹੜੇ ਮਾਪੇ ਨੇ ਉਹ ਸਾਡੇ ਲਈ ਹਮੇਸ਼ਾ ਹੀ ਸਪੈਸ਼ਲ ਨੇ, ਉਹ ਹਮੇਸ਼ਾ ਹੀ ਸਾਡੇ ਲਈ ਗੈਸਟ ਨੇ। ਸੰਸਥਾ ਵੱਲੋਂ ਬੱਚਿਆਂ ਦੇ ਬਿਹਤਰ ਭਵਿੱਖ ਲਈ ਕਿਹੜੇ ਉਪਰਾਲੇ ਹੋ ਜਿਹੜੇ ਕੀਤੇ ਜਾ ਰਹੇ ਨੇ? ਹਾਂਜੀ, ਬੱਚਿਆਂ ਲਈ ਬੈਟਰਮੈਂਟ ਲਈ ਇਸ ਵਾਰੀ ਸਾਡੇ ਸੰਤ ਬਾਬਾ ਰੋਸ਼ਨ ਸਿੰਘ ਜੀ ਔਰ ਸੰਤ ਬਾਬਾ ਤ੍ਰਿਲੋਕ ਸਿੰਘ ਵੱਲੋਂ ਇਹ ਐਲਾਨਿਆ ਗਿਆ ਕਿ ਸਟੇਟ ਲੈਵਲ 'ਤੇ ਡਿਸਟ੍ਰਿਕਟ ਲੈਵਲ 'ਤੇ ਜਿਹੜੇ ਵੀ ਬੱਚੇ ਅਵਲ ਦਰਜੇ 'ਤੇ ਰਹਿਣਗੇ ਉਹਨਾਂ ਨੂੰ ਫੀਸਾਂ ਦੇ ਵਿੱਚ ਛੋਟ ਦਿੱਤੀ ਜਾਏਗੀ। ਜਿਹੜੇ ਸਟੇਟ ਲੈਵਲ 'ਤੇ ਜਾਣਗੇ ਉਹਨਾਂ ਨੂੰ 100%, 75% ਅਤੇ 50%, ਔਰ ਜਿਹੜੇ ਸਟੇਟ ਲੈਵਲ 'ਤੇ ਜਾਣਗੇ ਡਿਸਟ੍ਰਿਕਟ ਲੈਵਲ 'ਤੇ ਜਾਣਗੇ ਉਹਨਾਂ ਨੂੰ 75%, 50% ਅਤੇ 25% ਦੇ ਹਿਸਾਬ ਦਾ ਉਹਨਾਂ ਦੀ ਫੀਸ ਦੇ ਵਿੱਚ ਜਿਹੜਾ ਐਨੂਅਲ ਦਾ ਚਾਰਜਸ ਹੁੰਦੇ ਨੇ ਉਹਨਾਂ ਦੇ ਵਿੱਚ ਛੋਟ ਦਿੱਤੀ ਜਾਏਗੀ ਉਸ ਵਿੱਦਕ ਵਰੇ ਲਈ। ਤੁਸੀਂ ਹਰ ਸਾਲ ਪ੍ਰੋਗਰਾਮ ਤੁਸੀਂ ਮਿਸਦੇ ਹੋ ਜਾਂ ਪਹਿਲੀ ਵਾਰੀ ਤੁਸੀਂ? ਨਹੀਂ ਸਰ, ਹਰ ਸਾਲ ਕਰੀਦਾ, ਪਰ 2-3 ਸਾਲ ਤੋਂ ਕੋਵਿਡ ਕਰਕੇ ਇਹ ਚੀਜ਼ ਜਿਹੜੀ ਹੈ ਰਹਿ ਗਈ ਸੀ। ਕਈ ਵਾਰੀ ਅਸੀਂ ਇਹ 'ਚ ਪ੍ਰੋਗਰਾਮ ਹਰ ਸਾਲ ਕਰੀਦਾ, ਪਰ 2-3 ਸਾਲ ਤੋਂ ਕੋਵਿਡ ਕਰਕੇ ਇਹ ਚੀਜ਼ ਜਿਹੜੀ ਹੈ ਰਹਿ ਗਈ ਸੀ। ਕਈ ਵਾਰੀ ਅਸੀਂ ਇਹ 'ਚ ਪ੍ਰੋਗਰਾਮ ਜਿਹੜਾ ਸਿਰਫ ਸਕੂਲ ਲੈਵਲ 'ਤੇ ਕਰ ਲਈਦਾ ਹੈ, ਪਰ ਹੁਣ ਕਾਫੀ ਲੰਮਾ ਸਮਾਂ ਹੋ ਗਿਆ ਸੀ ਇਹੋ ਜਿਹੇ ਪ੍ਰੋਗਰਾਮ ਨੂੰ ਕੀਤੇ ਹੋਏ, ਇਸ ਕਰਕੇ ਇਸ ਨੂੰ ਅਸੀਂ ਲਾਰਜ ਸਕੇਲ 'ਤੇ ਮਿੱਥਿਆ ਹੈ ਜੀ। ਧੰਨਵਾਦ। ਸੋ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹਾਂਗੀ ਜਿਨ੍ਹਾਂ ਨੇ ਸਾਡੇ ਮੀਡੀਆ ਦਾ, ਸਾਡੇ ਸਾਊਂਡ ਸਿਸਟਮ ਦਾ, ਸਾਡੇ ਗੈਸਟ ਦਾ ਜਿਨ੍ਹਾਂ ਨੇ, ਔਰ ਬੱਚਿਆਂ ਦਾ ਖਾਸ ਕਰਕੇ, ਔਰ ਮੇਰੇ ਟੀਚਰ ਸਾਹਿਬਾਨ ਦਾ, ਟੀਚਿੰਗ ਨੋਨ ਟੀਚਿੰਗ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਫਲ ਹੋਣ 'ਚ ਮੇਰਾ ਸਾਥ ਦਿੱਤਾ। ਧੰਨਵਾਦ ਸਾਰਿਆਂ ਦਾ।